ਸਾਡੇ ਨਾਲ ਅੱਜ ਮੌਜੂਦ ਨੇ ਗ੍ਰੇਟ ਮੈਨ ਗ੍ਰੇਟ ਖਲੀ ਜੀ। ਦੇਖੋ ਬਹੁਤ ਅੱਛਾ ਲੱਗਦਾ ਹੈ, ਲੋਕਾਂ ਦਾ ਬਹੁਤ ਪਿਆਰ ਮਿਲਾ ਹੈ ਪੂਰੇ ਵਰਲਡ ਵਾਈਜ਼ ਮੈਂ, ਪੂਰੇ ਹਿੰਦੁਸਤਾਨੀਓਂ ਨੇ ਬਹੁਤ ਪਿਆਰ ਦਿਆ ਹੈ। ਪੂਰੇ ਹਿੰਦੁਸਤਾਨ ਪੇ ਨਸ਼ਾ ਬਹੁਤ ਜ਼ਿਆਦਾ ਹੈ ਔਰ ਸਪੈਸ਼ਲੀ ਪੰਜਾਬ ਮੈਂ ਜ਼ਿਆਦਾ ਹੈ। ਤੋ ਮੈਂ ਚਾਹਤਾ ਹੂੰ ਕਿ ਵੀ ਐਜ ਅ ਰੈਸਲਿੰਗ ਅਕੈਡਮੀ ਹੋਣੀ ਚਾਹੀਏ, ਫੁੱਟਬਾਲ ਕੇ ਗਰਾਊਂਡ ਹੋਣੇ ਚਾਹੀਏ, ਸਟੇਡੀਅਮ ਹੋਣੇ ਚਾਹੀਏ, ਤਾਂ ਕਿ ਮਤਲਬ ਹਮਾਰਾ ਜੋ ਯੂਥ ਹੈ ਉਹ ਨਸ਼ੇ ਕੋ ਨਹੀਂ ਜਾਏ ਔਰ ਸਪੋਰਟਸ ਮੇ ਲਾਗੇ। ਮੈਂ ਕੋਚ ਕੋ ਬਤਾਨਾ ਚਾਹਤਾ ਹੂੰ ਕਿ ਕੋਚ ਆਪ ਸਿਰਫ ਐਕਸਰਸਾਈਜ਼ ਕਰਾਈਏ ਬਲਕਿ ਮਤਲਬ ਆਪ ਡਾਕਟਰ ਮਤ ਬਣੀਏ। ਜਿਸ ਦਿਨ ਆਪ ਲੋਕ ਡਾਕਟਰ ਬਣ ਗਏ ਨਾ ਉਸ ਦਿਨ ਆਪ ਆਪਣੇ ਸਟੂਡੈਂਟ ਕੋ ਖਰਾਬ ਕਰ ਰਹੇ ਹੈ। ਜੋ ਕਿਸੇ ਕੋ ਦੇਖਤੇ ਫਿਲਮ ਪੇ ਦੇਖ ਲਿਆ, ਗਾਣੇ ਪੇ ਦੇਖ ਲਿਆ, ਤਾਂ ਉਹ ਕਰਨੇ ਲੱਗਤੇ ਹੈ। ਅਗਰ ਆਪ ਗਾਣੇ ਪੇ ਦੇਖੇਗੇ ਬੰਦੂਕੇ ਚਲਾਤੇ ਤਾਂ ਉਹਨੂੰ ਲੱਗਦਾ ਯਾਰ ਮਤਲਬ ਬੜੀ ਟੌਰ ਲੱਗੀ, ਮਤਲਬ ਇਸਕੀ ਤਾਂ ਮੈਨੇ ਤਾਂ ਬੜੀ ਫਾਇਰਿੰਗ ਕਰੀ, ਉਸਨੇ ਬੋਲਾ ਕਿ ਜੱਟ ਮਤਲਬ ਯੂਨੋ ਕਹੀਂ ਵੀ ਫਾਇਰ ਕਰ ਸਕਦਾ ਹੈ ਨਾ। ਫੈਸ਼ਨ ਹੋਣਾ ਚਾਹੀਏ ਤਾਂ ਇੱਕ ਸਪੋਰਟਸ ਕਾ ਹੋਣਾ ਚਾਹੀਏ, ਜਨੂਨ ਹੋਣਾ ਚਾਹੀਏ ਤੋ ਸਪੋਰਟਸ ਕਾ ਹੋਣਾ ਚਾਹੀਏ। ਗਲਤ ਨਸ਼ਾ ਨਸ਼ੇ ਕਾ ਫੈਸ਼ਨ ਕੋਈ ਨਹੀਂ ਹੋਤਾ।